ਜੀ ਦਾਨਿਸ਼ ਐਗਰੀਕਲਚਰ 'ਚ ਖੁਸ਼ਾਮਦੀਦ ਮੀਆਂ ਚਨੂੰ ਗੱਲਾਂ ਮੰਡੀ ਦੇ ਅੰਦਰ ਮੌਜੂਦ ਹਾਂ ਅਤੇ ਤਿਲਾਂ ਨੇ ਅੱਜ ਫਿਰ ਚੰਗੀ ਰੌਣਕ ਲਾਈ ਹੋਈ ਹੈ ਅਤੇ ਪਰ ਰੇਟ ਦੇ ਵਿੱਚ ਅੱਜ ਫਿਰ ਵੱਡੀ ਤਬਦੀਲੀ ਵੇਖੀ ਜਾ ਰਹੀ ਹੈ। ਇੱਧਰ ਚੈੱਕ ਕਰੋ, ਇੱਧਰ ਵੀ ਤਿਲ ਪਏ ਹੋਏ, ਆਹ ਵੀ ਤਿਲ ਪਏ ਹੋਏ ਆ। ਜ਼ਿਆਦਾਤਰ ਤਿਲ ਜਿਹੜੇ ਆ ਬਿਲਕੁਲ ਸਾਫ਼ ਸੁਥਰੇ ਨਹੀਂ ਆ ਰਹੇ, ਕਾਲਾ ਤਿਲ ਆ ਰਿਹਾ ਵਾ, ਮਿਕਸ ਜਿਹੜਾ ਮਾਲ ਆ ਦਰਮਿਆਨੇ ਦਾ। ਇੱਧਰ ਚੈੱਕ ਕਰੋ, ਇੱਧਰ ਚਾਚਾ ਜ਼ਰਾ ਸਫਾਈਆਂ ਸਫਾਈਆਂ ਕਰ ਰਿਹਾ ਵਾ ਅਤੇ ਰੌਣਕ ਮਾਸ਼ਾਅੱਲਾ ਕਪਾਹ ਵੀ ਆ ਰਹੀ ਆ, ਠੀਕ ਹੋ ਗਿਆ। ਬਾਕੀ ਰੇਟ ਦੇ ਵਿੱਚ ਅੱਜ ਤਿਲਾਂ ਦੇ ਵਿੱਚ ਫਿਰ ਇੱਕ ਦਫ਼ਾ ਤਬਦੀਲੀ ਦੇਖੀ ਜਾ ਰਹੀ ਹੈ। ਇੱਧਰ ਛਾਨਣਾ ਲੱਗਾ ਆ, ਉਹ ਚੈੱਕ ਕਰੋ ਸਾਫ਼ ਹੋ ਰਹੇ ਤਿਲ, ਆਹ ਵੀ ਢੇਰੀ ਹਲਕੀ ਆ, ਸਾਰੀਆਂ ਤਕਰੀਬਨ ਹਲਕੀਆਂ, ਬਿਲਕੁਲ ਸਫੈਦ ਜਿਹੜੇ ਤੇਲਾਂ ਮੰਡੀ ਦੇ ਵਿੱਚ ਬਹੁਤ ਘੱਟ ਆ ਰਹੇ ਆ। ਅਤੇ ਰੇਟ ਅੱਜ ਫਿਰ 500-600 ਰੁਪਏ ਕਮੀ ਦੇ ਨਾਲ 12,000 ਰੁਪਏ ਆ ਗਿਆ, ਟੋਪ ਰੇਟ ਜਿਹੜਾ ਵਾ, ਕਹਿ ਲਓ ਕਿ ਐਂ ਹੀਰੇ ਵਰਗੇ ਤਿਲ ਜਿਹੜੇ 12,000 ਦੇ। ਬਾਕੀ ਜਿਹੜੇ ਦਰਮਿਆਨੇ ਤਕਰੀਬਨ 8,000 ਤੋਂ ਸ਼ੁਰੂ ਹੋ ਕੇ ਅਤੇ 11,500 ਇਹ ਰੇਟ ਲੱਗਦਾ ਪਿਆ ਅੱਜ ਮੰਡੀ ਦੇ ਵਿੱਚ ਨਾ ਨਵੇਂ ਤਿਲਾਂ ਦਾ, ਠੀਕ ਹੋ ਗਿਆ ਜੀ। ਇਹ ਮੰਡੀ ਦੀ ਤਾਜ਼ਾ ਤਰੀਨ ਸੂਰਤ ਹਾਲ ਆ। ਤੁਹਾਡਾ ਇਲਾਕਾ ਕਿਹੜਾ ਵਾ, ਤੁਹਾਡੇ ਇਲਾਕੇ ਦੇ ਵਿੱਚ ਤਿਲਾਂ ਦਾ ਕੀ ਰੇਟ ਆ, ਸਾਨੂੰ ਕਮੈਂਟਸ ਬੋਕਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ, ਨਵੀਂ ਅਪਡੇਟ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।